ਅਸੀਂ ਸਾਰੇ ਕਾਨੂੰਨ ਦੇ ਬੱਜੇ ਆ। ਇੱਕ ਕਾਨੂੰਨ ਦੇ ਤਹਿਤ ਦੇਸ਼ ਚੱਲਦਾ ਹੈ, ਕਾਨੂੰਨ ਦੇ ਤਹਿਤ ਪੁਲਿਸ ਚੱਲਦੀ ਹੈ। ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਇਹ ਮੁੱਦਾ ਚੱਲ ਰਿਹਾ ਪਿਛਲੇ ਇੱਕ ਮਹੀਨੇ ਤੋਂ, ਇਹਦਾ ਅਸੀਂ 5-7 ਦਿਨ ਦੇ ਵਿੱਚ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਹੱਲ ਕੱਢਾਂਗੇ। ਕਿ SSP ਸਾਹਿਬ ਦੇ ਤਾਂ ਕਹਿੰਦਾ ਵੀ ਕਾਨੂੰਨ ਨਾਲ ਹੱਥ ਬੰਨੇ ਨੇ, ਸਾਡੇ ਬਸ ਦੀ ਗੱਲ ਨਹੀਂ ਰਹੀ। ਵੀ DGP ਸਾਹਿਬ ਨੂੰ ਬੇਨਤੀ ਕਰਨ, SSP ਸਾਹਿਬ ਤੇ ਹੋਰ ਅਫਸਰ ਸਾਹਿਬਾਨ ਵੀ ਸਾਰੇ ਮੁੰਡਿਆਂ ਤੋਂ ਜਿੰਨੇ ਮੁੰਡੇ ਅੱਗੇ ਪਰਚੇ ਪਾਏ ਨੇ ਉਹ ਵਾਪਸ ਲੈ ਜਾਣ ਪੰਜਾਬ ਚੋਂ। ਨਹੀਂ ਪਰਵਿੰਦਰ ਤੋਂ ਵੀ ਵਾਪਸ ਲੈਣ ਦੀ ਲੋੜ ਨਹੀਂ, ਉਹ ਹੋਰ ਬੈਠ ਲੂਗਾ ਜਿੱਥੇ 31 ਬੰਦ ਅੱਜ ਹੋ ਗਿਆ। ਜਿਹੜਾ ਉਸ ਕੇਸ ਦਾ ਮਦਈ ਹੈ ਉਹ ਇਸ ਵੇਲੇ ਮਾਨਸਾ ਵਿੱਚ ਹਾਜ਼ਰ ਨਹੀਂ ਹੈ, ਕਿਸੇ ਕਾਰਨ ਕਰਕੇ ਉਹ ਬਾਹਰ ਗਿਆ ਹੋਇਆ। ਉਸਦੇ ਬਿਆਨ ਦਰਜ ਕਰਨੇ ਬਹੁਤ ਜ਼ਰੂਰੀ ਨੇ ਤਾਂ ਕਿ ਉਹ ਤਫਤੀਸ਼ ਪ੍ਰੋਪਰ ਤਰੀਕੇ ਨਾਲ ਕੀਤੀ ਜਾ ਸਕੇ। ਅਸੀਂ ਸਾਰੇ ਕਾਨੂੰਨ ਦੇ ਬੱਜੇ ਹਾਂ। ਇੱਕ ਕਾਨੂੰਨ ਦੇ ਤਹਿਤ ਦੇਸ਼ ਚੱਲਦਾ ਹੈ, ਕਾਨੂੰਨ ਦੇ ਤਹਿਤ ਪੁਲਿਸ ਚੱਲਦੀ ਹੈ। ਸੋ ਉਸ ਕਾਨੂੰਨ ਦੇ ਮੁਤਾਬਕ ਹੀ ਉਹਦੇ ਵਿੱਚ ਜਿਹੜੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ। ਜਿਵੇਂ ਮੈਂ ਕਿਹਾ ਕਿ ਉਹਦੇ 'ਚ ਮਦਈ ਜਿਹੜਾ ਕੰਪਲੇਨੈਂਟ ਹੈ, ਕਿਉਂਕਿ ਉਹ ਬਾਹਰ ਹੈ ਅਤੇ ਉਹਦੇ ਬਿਆਨ ਦਰਜ ਕੀਤੇ ਬਿਨਾਂ ਉਹਦੇ 'ਚ ਕਾਰਵਾਈ ਨਹੀਂ ਹੋ ਸਕਦੀ, ਉਹਨੂੰ ਅਸੀਂ ਕੰਟੈਕਟ ਵੀ ਕੀਤਾ ਅਤੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਜਲਦੀ ਤੋਂ ਜਲਦੀ ਬੁਲਾ ਕੇ, ਕਿਉਂਕਿ ਉਹਨੇ ਕਿਹਾ ਸੀ ਮੈਨੂੰ 6-7 ਦਿਨ ਲੱਗਣਗੇ, ਬਟ ਅਸੀਂ ਉਹਨੂੰ ਕਿਹਾ ਕਿ 2 ਜਾਂ 3 ਦਿਨ 'ਚ ਵਾਪਸ ਆਵੇ ਅਤੇ ਆ ਕੇ ਆਪਣੇ ਬਿਆਨ ਦੇਵੇ। ਕੱਲ੍ਹ ਕਮੇਟੀ ਨਾਲ ਮੀਟਿੰਗ ਹੋਈ ਸੀ, ਉਹ ਕਮੇਟੀ ਨਾਲ ਜਿਹੜੀ ਮੀਟਿੰਗ ਸੀ ਬੜੇ ਵਧੀਆ, ਬੜੇ ਸੁਖਾਲੇ ਮਾਹੌਲ 'ਚ ਹੋਈ ਹੈ। ਇਸ ਮੁੱਦੇ 'ਤੇ ਕਾਫੀ ਹੱਦ ਤੱਕ ਪ੍ਰੋਗਰੈਸ ਹੋਈ ਹੈ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਇਹ ਮੁੱਦਾ ਚੱਲ ਰਿਹਾ ਪਿਛਲੇ 1 ਮਹੀਨੇ ਤੋਂ, ਇਹਦਾ ਅਸੀਂ 5-7 ਦਿਨ ਦੇ ਵਿੱਚ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਹੱਲ ਕੱਢਾਂਗੇ ਅਤੇ ਉਹਦੇ ਵੱਲ ਅਸੀਂ ਕੰਮ ਕਰ ਰਹੇ ਹਾਂ। ਜਿਵੇਂ ਮੈਂ ਕਿਹਾ, ਤਫਤੀਸ਼ 'ਚ ਵੀ ਬਹੁਤ ਪ੍ਰੋਗਰੈਸ ਹੋਈ ਹੈ, ਉਸ ਤਫਤੀਸ਼ ਦੇ ਅਕੋਰਡਿੰਗ ਹੀ ਅਸੀਂ ਉਹਨੂੰ ਹੱਲ ਕੱਢਾਂਗੇ ਅਤੇ ਪੋਜ਼ਿਟਿਵ ਹੱਲ ਕੱਢਾਂਗੇ। ਧੰਨਵਾਦ ਜੀ। ਇਸੇ ਲੋਕ ਐਂਟੀ ਸੀਗਾ, ਟਾਸਕ ਫੋਰਸ ਦੇ ਮੈਂਬਰਾਂ ਤੇ ਜੋ ਨਸ਼ਾ ਨੂੰ ਭਜਾਉਣ ਲਈ ਦਿਨ ਰਾਤ ਇੱਕ ਘਰ ਰੱਖੀ ਸੀ, ਉਹਨਾਂ ਮੁੰਡਿਆਂ ਤੇ ਵੀ ਜਿਵੇਂ ਨਵਾਂ ਸ਼ਹਿਰ, ਉਹ ਤੋਂ ਬਾਅਦ ਭਾਈ ਰੂਪਾ, ਰਾਮਪੁਰਾ, ਹੋਰ ਵੀ ਕਾਫੀ ਜਗ੍ਹਾ ਤੇ ਇਸ ਲੋਕ ਮੁੰਡਿਆਂ ਤੇ ਪਰਚੇ ਪਾਏ ਨੇ। ਮੈਂ ਇਹ ਬੇਨਤੀ ਪੰਜਾਬ ਸਰਕਾਰ ਤੇ ਆਪਣੇ ਪੰਜਾਬ ਪੁਲਿਸ ਦੇ DGP ਸਾਹਿਬ ਨੂੰ ਬੇਨਤੀ ਕਰਦਾ, ਕਿਉਂਕਿ SSP ਸਾਹਿਬ ਦੇ ਤਾਂ ਕਹਿਤਾ ਵੀ ਕਾਨੂੰਨ ਨਾਲ ਹੱਥ ਬੰਨੇ ਨੇ, ਸਾਡੇ ਬਸ ਦੀ ਗੱਲ ਨਹੀਂ ਰਹੀ। ਵੀ DGP ਸਾਹਿਬ ਨੂੰ ਬੇਨਤੀ ਕਰਨ, SSP ਸਾਹਿਬ ਤੇ ਹੋਰ ਅਫਸਰ ਸਾਹਿਬਾਨ ਵੀ ਸਾਰੇ ਮੁੰਡਿਆਂ ਤੋਂ ਜਿੰਨੇ ਮੁੰਡੇ ਅੱਗੇ ਪਰਚੇ ਪਾਏ ਨੇ ਉਹ ਵਾਪਸ ਲੈ ਜਾਣ ਪੰਜਾਬ ਚੋਂ। ਨਹੀਂ ਪਰਵਿੰਦਰ ਤੋਂ ਵੀ ਵਾਪਸ ਲੈਣ ਦੀ ਲੋੜ ਨਹੀਂ, ਉਹ ਹੋਰ ਬੈਠ ਲੂਗਾ ਜਿੱਥੇ 31 ਬੰਦ ਅੱਜ ਹੋ ਗਿਆ।